ਸੁਰ ਸਿੰਘ ਟੈਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਔਰ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਮਹਾਰਾਣੀ ਪ੍ਰਨੀਤ ਕੌਰ ਹੋਰਾਂ ਨੇ ਭੁੱਖ ਹੜਤਾਲ ਕਿਉਂ ਰੱਖ ਦਿੱਤੀ ਹੈ ਜੀ? ਅਸਲ ਦੇ ਵਿੱਚ ਜੀ ਪਟਿਆਲਾ ਦੇ ਵਿੱਚ ਇੱਕ ਪਿੰਡ ਹੈਗਾ ਖੁੱਡਾ, ਜਦੋਂ ਪੰਚਾਇਤੀ ਚੋਣਾਂ ਸੀਗੀਆਂ ਤੇ ਉਸ ਵੇਲੇ ਇਸ ਪਿੰਡ ਦੇ ਵਿੱਚ ਵੀ ਕਈ ਹੋਰ ਥਾਵਾਂ ਦੇ ਵਾਂਗੂ ਹਿੰਸਾ ਵਾਪਰੀ ਸੀ, ਤੇ ਜਦੋਂ ਇੱਥੇ ਹਿੰਸਾ ਵਾਪਰੀ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਬੀਜੇਪੀ ਦੇ ਕਹਿਣ ਦੇ ਮੁਤਾਬਕ ਕਾਰਵਾਈ ਨਹੀਂ ਕੀਤੀ ਗਈ। ਇਸ ਹਿੰਸਾ ਦੇ ਵਿੱਚ ਲੜਾਈ ਝਗੜੇ ਦੇ ਵਿੱਚ ਇੱਕ ਬੰਦਾ ਜ਼ਖਮੀ ਵੀ ਹੋਇਆ ਸੀ ਤੇ ਗੋਲੀ ਚੱਲੀ ਸੀ, ਤੇ ਬੀਜੇਪੀ ਦੇ ਨੇਤਾਵਾਂ ਨੇ ਇਸ ਗੱਲ ਦੇ ਉੱਤੇ ਸੰਘਰਸ਼ ਕਰਨਾ ਸ਼ੁਰੂ ਕੀਤਾ ਵੀ ਜਿਹੜੇ ਲੋਕਾਂ ਨੇ ਇਹ ਕੁਝ ਕੀਤਾ ਉਹਨਾਂ ਦੇ ਖਿਲਾਫ਼ ਤੁਸੀਂ ਕਾਰਵਾਈ ਕਿਉਂ ਨੀ ਕਰਦੀ, ਪੁਲਿਸ ਕਿਉਂ ਨੀ ਕਾਰਵਾਈ ਕਰ ਰਹੀ, ਸਰਕਾਰ ਕੁਝ ਨੀ ਕਰ ਰਹੀ। ਇਸ ਕਰਕੇ ਅੱਜ ਬੀਬੀ ਪ੍ਰਨੀਤ ਕੌਰ ਦੇ ਜਿਹੜੇ ਉਹਨਾਂ ਦੇ ਵੱਲੋਂ ਪੁਲਿਸ ਲਾਈਨ ਦੇ ਮੂਹਰੇ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਆ, ਤੇ ਇਹ ਪਤਾ ਲੱਗਾ। ਦੂਜੀ ਗੱਲ ਇਹ ਆ ਕਿ ਅੱਜ ਜਿਹੜੀ ਬੀਜੇਪੀ ਦੀ ਹੋਰ ਔਰਤ ਵਿੰਗ ਆ ਉਹਦੇ ਵੱਲੋਂ ਪਤਾ ਲੱਗਾ ਜੀ ਕਿ SSP ਦਫ਼ਤਰ ਦੇ ਮੂਹਰੇ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ। ਸੋ ਉਹਨਾਂ ਨੇ ਕਿਹਾ ਜੀ ਕਿ ਜਿੰਨੀ ਦੇਰ ਤੱਕ ਤੁਸੀਂ ਇਸ ਮਸਲੇ ਦੇ ਉੱਤੇ ਬਣਦੀ ਸਰਦੀ ਇਨਕੁਆਇਰੀ ਨਹੀਂ ਕਰਦੇ, ਜਿੰਨੀ ਦੇਰ ਤੱਕ ਦੋਸ਼ੀਆਂ ਨੂੰ ਨਹੀਂ ਫੜਦੇ, ਉਨੀ ਦੇਰ ਤੱਕ ਉਹ ਕਹਿੰਦੇ ਵੀ ਭਾਈ ਅਸੀਂ ਸੰਘਰਸ਼ ਇਵੇਂ ਕਰਦੇ ਰਹਿਣਾ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੌਣ ਚੁਣਿਆ ਗਿਆ ਜੀ? ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੀ ਚੌਥੀ ਵਾਰ ਪ੍ਰਧਾਨ ਬਣਨ ਦੇ ਵਿੱਚ ਸਫਲ ਹੋ ਗਏ ਜੀ, ਚੌਥੀ ਵਾਰ ਉਹ ਪ੍ਰਧਾਨ ਬਣ ਗਏ ਆ। ਤੇ ਅੱਜ ਵੈਸੇ ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਆ 141 ਵੋਟਾਂ ਪੋਲ ਹੋਈਆਂ, ਜਿਹਦੇ ਵਿੱਚੋਂ 33 ਵੋਟਾਂ ਜਿਹੜੀਆਂ ਉਹ ਪਈਆਂ ਹੈਗੀਆਂ ਜੀ ਬੀਬੀ ਜਗੀਰ ਕੌਰ ਹੋਰਾਂ ਨੂੰ, ਲਗਭਗ 107 ਵੋਟਾਂ ਜਿਹੜੀਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਪਈਆਂ, ਤੇ 2 ਵੋਟਾਂ ਕਹਿੰਦੇ ਵੀ ਕਿਸੇ ਕਾਰਨ ਦੇ ਕਰਕੇ ਰੱਦ ਹੋ ਗਈਆਂ, ਪਤਾ ਨਹੀਂ ਕੋਈ ਕਾਰਨ ਹੋਊਗਾ ਟੈਕਨੀਕਲ ਉਹਦੇ ਵਿੱਚ। ਸੋ ਅੱਜ ਚੌਥੀ ਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਬਣਨ ਦੇ ਵਿੱਚ ਸਫਲ ਹੋਏ ਆ, ਤੇ ਚੌਥੀ ਵਾਰੀ ਚੋਣ ਲੜੀ ਸੀ ਬੀਬੀ ਜਗੀਰ ਕੌਰ ਨੇ ਪ੍ਰਧਾਨਗੀ ਦੀ, ਚੌਥੀ ਵਾਰੀ ਲੜੀ ਸੀਗੀ ਜੀ ਇੱਧਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ। ਸੋ ਅੱਜ ਅਕਾਲੀ ਦਲ ਦੇ ਆਗੂਆਂ ਨੇ ਗੱਲ ਕਹੀ ਆ ਵੀ ਕਈਆਂ ਦੇ ਟੇਟੇ ਚੜ ਕੇ ਬਹੁਤ ਸਾਰੇ ਬੀਜੇਪੀ ਦੇ, RSS ਦੇ ਆਗੂ, ਕਾਂਗਰਸ ਦੇ ਆਗੂ, ਆਮ ਆਦਮੀ ਪਾਰਟੀ ਦੇ ਆਗੂ ਸਿੱਧੇ ਤੇ ਅਸਿੱਧੇ ਤਰੀਕੇ ਦੇ ਨਾਲ ਇਹਨਾਂ ਚੋਣਾਂ ਦੇ ਵਿੱਚ ਵਿਰੋਧੀ ਧਿਰ ਦੀ ਮਦਦ ਕਰ ਰਹੇ ਸੀ, ਪਰ ਫਿਰ ਵੀ ਲੋਕਾਂ ਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੈ ਉਹਨਾਂ ਨੇ ਇਸ ਗੱਲ ਨੂੰ ਮਾਤ ਪਾਈ ਹੈ ਵੀ ਭਾਈ ਤੁਹਾਡਾ ਦਖਲ ਵੀ ਸਾਨੂੰ ਮਨਜ਼ੂਰ, ਉਹਨਾਂ ਨੇ ਕਿਹਾ ਜੀ ਕਿ ਹੁਣ ਸਬਕ ਮਿਲ ਜਾਣਾ ਚਾਹੀਦਾ ਜੀ। ਬੀਬੀ ਜੀ ਦੇ ਕੌੜੇ ਬੋਲਾਂ ਦਾ ਭੁੰਦੜ ਨੇ ਕੀ ਜਵਾਬ ਦਿੱਤਾ? ਅਸਲ ਵਿੱਚ ਬੀਬੀ ਜੀ ਅੱਜ ਉਸ ਤੋਂ ਬਾਅਦ ਜਦੋਂ ਉਹ ਹਾਰ ਗਏ ਤਾਂ ਉਹਨਾਂ ਨੇ ਅੱਜ ਆਪਣੇ ਤਿੱਖੇ ਤੇਵਰ ਦਿਖਾਏ ਆ। ਬੀਬੀ ਜਗੀਰ ਕੌਰ ਨੇ ਕਿਹਾ ਵੀ ਤੁਸੀਂ ਹਾਰ ਗਏ ਕੀ ਕਹਿਣਾ ਚਾਹੋਗੇ, ਉਹਨਾਂ ਨੇ ਕਹੀ ਹੈ ਜੀ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਜ਼ਮੀਰ ਮਾਗੀ, ਅਸਲ ਦੇ ਵਿੱਚ ਇਹ ਲਾਸ਼ਾਂ ਬੈਠੀਆਂ, ਇੱਥੇ ਲਾਸ਼ਾਂ, ਜਿਵੇਂ ਬੰਦਾ ਗੁੱਸੇ ਦੇ ਵਿੱਚ ਕਹਿੰਦਾ ਹੁੰਦਾ ਵੀ ਇਹ ਲਾਸ਼ਾਂ ਬੈਠੀਆਂ, ਇਹਨਾਂ ਤੋਂ ਹੁਣ ਮੈਨੂੰ ਕੋਈ ਆਸ ਹੈ ਨਹੀਂ ਗੀ, ਇਹ ਕਹਿੰਦੇ ਕੁਝ ਹੋਰ ਆ, ਕਰਦੇ ਕੁਝ ਹੋਰ ਆ। ਉਹਨਾਂ ਨੇ ਗੱਲ ਕਹੀ ਹੈ ਕਿ ਮੇਰੇ ਉੱਤੇ ਦੋਸ਼ ਇਹ ਲਾਉਂਦੇ ਸੀ ਕਿ ਇਹ RSS ਤੇ ਹੋਰ ਕਈ ਏਜੰਸੀਆਂ ਪਿੱਛੇ ਇਹਨਾਂ ਦੇ ਖੜੀਆਂ ਹੈਗੀਆਂ, ਇਹ ਤਾਂ ਜੀ ਮਿਲ ਕੇ ਇੱਦਾਂ ਕਰਦੇ ਹਨ, ਇਹ ਤਾਂ ਜੀ ਪਿਛਲੇ ਪਾਸਿਓਂ ਮਦਦ ਇਹਨਾਂ ਦੀ ਇੱਦਾਂ ਕੀਤੀ ਜਾ ਰਹੀ ਹੈ, ਇਹ ਤਾਂ ਸ਼੍ਰੋਮਣੀ ਕਮੇਟੀ ਮੈਂਬਰ ਖਰੀਦਣ ਲੱਗੇ ਹਨ। ਜਦਕਿ ਅੱਜ ਦੇ ਨਤੀਜਿਆਂ ਨੇ ਉਹਨਾਂ ਨੇ ਕਿਹਾ ਜੀ ਦੱਸ ਦਿੱਤਾ ਜੀ ਕਿ ਕਿਹਦੇ ਪਿੱਛੇ ਏਜੰਸੀਆਂ ਸੀ ਤੇ ਕਿਹਨੇ ਕਿਹਨੇ ਬੰਦੇ ਖਰੀਦੇ ਆ। ਉਹਨਾਂ ਨੇ ਕਿਹਾ ਜੀ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਜਲਦ ਤੋਂ ਜਲਦ ਦੁਬਾਰਾ ਹੋਣੀ ਚਾਹੀਦੀ ਆ ਤੇ ਸਾਨੂੰ ਇਹਨਾਂ ਲਾਸ਼ਾਂ ਦੇ ਉੱਤੇ ਹੁਣ ਕੋਈ ਵੀ ਯਕੀਨ ਨਹੀਂ ਆ। ਸੋ ਇਸ ਗੱਲ ਦੇ ਉੱਤੇ ਭੁੰਦੜ ਸਾਹਿਬ ਆ ਜਿਹੜੇ ਉਹ ਪਲਪੇ ਆ, ਉਹਨਾਂ ਨੇ ਕਿਹਾ ਜੀ ਕਿ ਜੇਕਰ ਤੁਸੀਂ ਹਾਰ ਗਏ ਤਾਂ ਤੁਹਾਨੂੰ ਇਦਾਂ ਦੇ ਕੌੜੇ ਬੋਲ ਮੂੰਹ ਦੇ ਵਿੱਚੋਂ ਨਹੀਂ ਕੱਢਣੇ ਚਾਹੀਦੇ। ਉਹਨਾਂ ਨੇ ਇਹ ਗੱਲ ਕਹੀ ਹੈ ਦੋ ਟੁੱਕ, ਉਹ ਕਹਿੰਦੇ ਵੀ ਦੇਖੋ ਜੋ ਗੁਰੂ ਮਹਾਰਾਜ ਨੂੰ ਮਨਜ਼ੂਰ ਸੀ ਜਿਹੜੀ ਸੱਚੀ ਧਿਰ ਸੀ ਉਹਨੂੰ ਜਿੱਤਣ ਦਾ ਮੌਕਾ ਮਿਲ ਗਿਆ ਤੇ ਤੁਸੀਂ ਇਦਾਂ ਦੇ ਕੌੜੇ ਬੋਲ ਸਾਂਝੇ ਕਰਨ ਦੇ ਹੱਕਦਾਰ ਨਹੀਂ ਆ। ਸੋ ਮਤਲਬ ਕਹਿਣ ਦਾ ਇਹ ਜੀ ਕਿ ਅੱਜ ਤਿੱਖਾ ਮੁਕਾਬਲਾ ਸੀਗਾ ਤੇ ਬੀਬੀ ਜਗੀਰ ਕੌਰ ਦਾ ਕੁਦਰਤੀ ਤੌਰ ਦੇ ਉੱਤੇ ਵੀ ਹੌਸਲੇ ਤੇ ਸੱਟ ਬਹੁਤ ਵੱਡੀ ਵੱਜੀ ਹੈ ਜੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇੱਛਾ ਜ਼ਾਹਰ ਕੀਤੀ ਹੈ ਕਿ ਮੈਂ ਪਾਰਟੀ ਦੀ ਜਿਹੜੀ ਪ੍ਰਧਾਨਗੀ ਛੱਡ ਦਿਆਂਗਾ, ਚੀਫ ਮਿਨਿਸਟਰ ਬਣਿਆ ਰਹਾਂਗਾ ਕਿਉਂਕਿ ਮੈਂ ਬਹੁਤ ਬਿਜ਼ੀ ਹਾਂ। ਪਰ ਨਰੇਟਿਵ ਇਹ ਚੱਲ ਰਿਹਾ ਕਿ ਕਿਸੇ ਹਿੰਦੂ ਚਿਹਰੇ ਨੂੰ ਉਹਨਾਂ ਦੀ ਥਾਂ ਦੇ ਉੱਤੇ ਪ੍ਰਧਾਨ ਬਣਾਉਣਾ ਚਾਹੁੰਦੇ ਨੇ ਤਾਂ ਕਿ ਜੇ ਚੀਫ ਮਿਨਿਸਟਰ ਸਿੱਖ ਹੈ ਤਾਂ ਹਿੰਦੂਆਂ ਨੂੰ ਰਿਪ੍ਰੈਜੈਂਟੇਸ਼ਨ ਮਿਲ ਸਕੇ। ਬਿਲਕੁਲ ਸਿੰਘ ਸਾਹਿਬ, ਤੁਹਾਡੀ ਗੱਲ 100% ਸਹੀ ਆ, ਬਿਲਕੁਲ ਇਹੀ ਕਨਸੂਆਂ ਹੈਗੀਆਂ, ਚਾਰੇ ਪਾਸੇ ਇਸੇ ਗੱਲ ਦੀ ਚਰਚਾ ਚੱਲਦੀ ਆ। ਲੰਘੇ ਕੱਲ੍ਹ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਏ ਚੱਬੇਵਾਲ ਦੇ ਵਿੱਚ, ਡਾਕਟਰ ਇਸ਼ਾਨ ਚੱਬੇਵਾਲ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ, ਉੱਥੇ ਇਹਨਾਂ ਨੇ ਇਹ ਇੱਛਾ ਜ਼ਾਹਰ ਕੀਤੀ ਆ। ਉਹ ਕਹਿੰਦੇ ਜੀ ਕਿ ਮੈਂ ਇਹ ਚਾਹੁੰਦਾ ਕਿ ਭਾਈ ਫੁੱਲ ਟਾਈਮ ਆ ਜਿਹੜਾ ਉਹ ਪ੍ਰਧਾਨ ਕੋਈ ਹੋਰ ਹੋਵੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਇਹ ਚਾਹੁੰਦਾ ਕਿ ਭਾਈ ਮੇਰੀ ਥਾਂ ਦੇ ਉੱਤੇ ਪ੍ਰਧਾਨਗੀ ਕੋਈ ਹੁਣ ਹੋਰ ਸਾਂਭੇ ਤੇ ਮੈਂ ਇਸ ਗੱਲ ਤੋਂ ਛੁੱਟੀ ਲੈ ਕੇ ਤੇ ਭਾਈ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਮੇਰੇ ਕੋਲੇ ਆ, ਵਿਭਾਗ ਮੇਰੇ ਕੋਲੇ ਬਹੁਤ ਸਾਰੇ ਹੈਗੇ ਆ। ਉਹਨਾਂ ਨੇ ਕਿਹਾ ਜੀ ਕਿ 7 ਸਾਲ ਤੋਂ ਮੈਂ ਮੁੱਖ ਮੰਤਰੀ ਹਾਂ ਤੇ ਮੈਂ ਆਉਂਦੇ ਦਿਨਾਂ ਦੇ ਵਿੱਚ ਉਹ ਕਹਿੰਦੇ ਜੀ ਕਿ ਆਪਣੇ ਜਿਹੜੇ ਸੀਨੀਅਰ ਨੇਤਾ ਹੈਗੇ ਆ ਦਿੱਲੀ ਵਾਲੇ ਉਹਨਾਂ ਦੇ ਨਾਲ ਸੰਪਰਕ ਕਰੂੰਗਾ ਕਿ ਭਾਈ ਕਿਸੇ ਹੋਰ ਵਾਜਬ ਕਾਬਲ ਚਿਹਰੇ ਨੂੰ ਅੱਗੇ ਲਿਆਂਦਾ ਜਾਵੇ। ਸੋ ਗੱਲ ਤੁਹਾਡੀ ਬਿਲਕੁਲ ਦਰੁਸਤ ਆ ਜੀ, ਇਸ ਗੱਲ ਦੀਆਂ ਕਨਸੂਆਂ ਜ਼ੋਰਾਂ ਦੇ ਉੱਤੇ ਆ ਕਿ ਕੋਈ ਹਿੰਦੂ ਚਿਹਰਾ ਜਿਹੜਾ ਉਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੋਊਗਾ
ਉਹ ਕੌਣ ਹੋਊਗਾ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ। ਵੈਸੇ ਦੋਵੇਂ ਵੱਡੀਆਂ ਪਾਰਟੀਆਂ ਇਸ ਵੇਲੇ ਪ੍ਰਧਾਨ ਲੱਭ ਰਹੀਆਂ, ਉਧਰ ਆਮ ਆਦਮੀ ਪਾਰਟੀ ਜੇ ਪ੍ਰਧਾਨ ਲੱਭ ਰਹੀ ਹੈ, ਉਧਰ ਬੀਜੇਪੀ ਵੀ ਲੱਭੀ ਜਾਂਦੀ ਹੈ। ਜਾਖੜ ਸਾਹਿਬ ਹਾਲੇ ਤੱਕ ਨਾਰਾਜ਼ ਹੈ ਤੇ ਕਹਿੰਦੇ ਵੀ ਉੱਥੇ ਵੀ ਲੋਬਿੰਗ ਸ਼ੁਰੂ ਹੋ ਗਈ ਹੈ ਬੀਜੇਪੀ ਦੇ ਵਿੱਚ ਕਿ ਮੈਨੂੰ ਬਣਾ ਦਿਓ, ਮੈਨੂੰ ਬਣਾ ਦਿਓ ਤੇ ਮੈਨੂੰ ਬਣਾ ਦਿਓ। ਪੰਜਾਬ ਦੀ ਆਮ ਆਦਮੀ ਪਾਰਟੀ ਦਾ ਪ੍ਰਧਾਨ ਅਮਨ ਅਰੋੜਾ ਨੂੰ ਬਣਾਉਣਾ ਚਾਹੁੰਦੇ ਆ ਕੇਜਰੀਵਾਲ? ਦੇਖੋ ਤਿੰਨ ਚਾਰ ਨਾਵਾਂ ਦੀ ਚਰਚਾ ਚੱਲਦੀ ਹੈ ਜੀ, ਮੈਂ ਇਹ ਤਾਂ ਨਹੀਂ ਕਹਿੰਦਾ ਜੀ ਕਿ ਉਹਨਾਂ ਨੂੰ, ਕਿਉਂਕਿ ਉਹ ਤਾਂ ਮੰਤਰੀ ਹੈਗੇ ਆ, ਅਮਨ ਅਰੋੜਾ ਇਸ ਵੇਲੇ ਮੰਤਰੀ ਆ। ਜੇ ਇਹਨਾਂ ਨੇ ਗੱਲ ਕਹੀ ਹੈ ਜੀ ਪੰਜਾਬ ਦੇ ਮੁੱਖ ਮੰਤਰੀ ਨੇ ਕਿ ਮੇਰੇ ਕੋਲੇ ਵਿਭਾਗ ਕਾਫੀ ਆ, ਮੇਰੇ ਕੋਲੇ ਜ਼ਿੰਮੇਵਾਰੀਆਂ ਕਾਫੀ ਆ, ਕਿਸੇ ਹੋਰ ਚਿਹਰੇ ਨੂੰ ਮੂਹਰੇ ਲਿਆਂਦਾ ਜਾਵੇ। ਤੇ ਜੇ ਮੰਨ ਲਓ ਅਮਨ ਅਰੋੜਾ ਨੂੰ ਪ੍ਰਧਾਨ ਬਣਾਉਂਦੇ ਆ ਤਾਂ ਉਹ ਵੀ ਤਾਂ ਮੰਤਰੀ ਦਾ ਵਿਭਾਗ ਉਹਦੇ ਕੋਲੇ ਵੀ ਹੈਗੇ ਆ। ਸੋ ਵੇਖੋ ਮੈਨੂੰ ਤਾਂ ਲੱਗਦਾ ਵੀ ਕਿਸੇ ਹੋਰ ਚਿਹਰੇ ਨੂੰ ਬਣਾਉਣਗੇ ਵੀ ਨਾਲੇ ਬੰਦਾ ਐਡਜਸਟ ਹੋ ਜੇ, ਤੇ ਨਾਲੇ ਭਾਈ ਉਹ ਇੱਕ ਜਿਹੜੀ ਕੋਈ ਹਿੰਦੂ ਚਿਹਰਾ ਵੀ ਹੋਵੇ ਜਿਹੜਾ ਪ੍ਰਭਾਵਸ਼ਾਲੀ ਵੀ ਹੋਵੇ। ਬਾਕੀ ਵਿੱਚ ਕਈ ਬ੍ਰਹਮ ਸ਼ੰਕਰ ਜਿੰਪਾ ਦਾ ਨਾਂ ਵੀ ਲਈ ਜਾਂਦੇ ਆ, ਕਈ ਇੱਥੇ ਅਮਨ ਅਰੋੜਾ ਦਾ ਨਾਂ ਵੀ ਲਈ ਜਾਂਦੇ ਆ। ਇਸ ਤਰੀਕੇ ਨਾਲ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਜੀ। ਸੁਮੇਧ ਸੈਣੀ ਫੇਰ ਤੋਂ ਖਬਰਾਂ ਦੇ ਵਿੱਚ ਨੇ। ਬਿਲਕੁਲ ਜੀ, ਸੁਮੇਧ ਸਿੰਘ ਸੈਣੀ ਦੇ ਵੱਲੋਂ ਨਾ ਇੱਕ ਪੁਰਾਣੇ ਜਿਹੜੇ ਕਤਲ ਕੇਸ ਦੇ ਮਾਮਲੇ ਦੇ ਵਿੱਚ ਤੇ ਪਤਾ ਲੱਗਾ ਜੀ ਕਿ ਅੱਜ ਹਾਈਕੋਰਟ ਦੇ ਵਿੱਚ ਪਟੀਸ਼ਨ ਜਿਹੜੀ ਪਾਈ ਗਈ ਸੀ ਉਹ ਤੇ ਸੁਣਵਾਈ ਹੋਈ ਆ। 25 ਨਵੰਬਰ ਨੂੰ ਇਸ ਮਸਲੇ ਤੇ ਮੁੜ ਕੇ ਸੁਣਵਾਈ ਹੋਣੀ ਆ। ਉਹਨਾਂ ਨੇ ਕਿਹਾ ਜੀ ਕਿ 30 ਸਾਲ ਬਾਅਦ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਜਾਣਾ, ਇਸੋਂ ਇਸ ਗੱਲ ਦਾ ਪਤਾ ਲੱਗ ਜਾਂਦਾ ਜੀ ਕਿ ਇਸ ਵੇਲੇ ਪੁਲਿਸ ਆ ਜਿਹੜੀ ਪੰਜਾਬ ਦੀ ਉਹ ਸਿਰਫ ਤੇ ਸਿਰਫ ਮੇਰੀ ਗ੍ਰਿਫਤਾਰੀ ਚਾਹੁੰਦੇ ਆ। ਉਹਨਾਂ ਨੇ ਕਿਹਾ ਜੀ ਕਿ ਇੰਨੇ ਲੰਮੇ ਸਮੇਂ ਬਾਅਦ ਤੇ ਪਰਚਾ ਦਰਜ ਕਰਨਾ, ਇਹਦੀ ਕੋਈ ਤੁੱਕ ਨਹੀਂ ਬਣਦੀ। 2018 ਦੇ ਵਿੱਚ ਪਰਚਾ ਦਰਜ ਕਰਨਾ ਜਾਂ ਕੋਈ 2-3 ਸਾਲ ਪਹਿਲਾਂ ਪਰਚਾ ਦਰਜ ਹੋਇਆ ਜਿਹੜਾ। ਸੋ ਇਸ ਮਸਲੇ ਦੇ ਉੱਤੇ ਹੁਣ ਪਤਾ ਲੱਗਾ ਜੀ ਕਿ ਹਾਈਕੋਰਟ ਨੇ ਪੰਜਾਬ ਦੀ ਪੁਲਿਸ ਦੇ ਕੋਲੋਂ ਪੰਜਾਬ ਦੀ ਸਰਕਾਰ ਦੇ ਕੋਲੋਂ ਉੱਤਰ ਮੰਗ ਗਿਆ, ਪਰ ਮਾਮਲਾ ਇਹ ਕਾਫੀ ਪੁਰਾਣਾ ਹੈ। ਜ਼ਿਮਨੀ ਚੋਣਾਂ ਦੇ ਵਿੱਚ ਕਿੰਨੇ ਉਮੀਦਵਾਰ ਆ ਗਏ ਜੀ? ਮੈਂ ਹੈਰਾਨ ਹਾਂ ਜੀ, ਗਿਣਤੀ ਕਰਨੀ ਔਖੀ ਹੋਈ ਪਈ ਐਤਕੀ ਤਾਂ। ਇੰਨੀ ਗਿਣਤੀ ਆ ਉਮੀਦਵਾਰਾਂ ਦੀ ਵੀ ਪੁੱਛੋ ਭੱਜ ਨਾ, 4 ਸੀਟਾਂ 40 ਉਮੀਦਵਾਰ ਆ, ਸੱਠ ਉਮੀਦਵਾਰ ਆ ਜੀ, 4 ਸੀਟਾਂ ਤੇ ਲਗਭਗ 60 ਉਮੀਦਵਾਰ ਇਸ ਵੇਲੇ ਮੈਦਾਨ ਦੇ ਵਿੱਚ ਆ। 28 ਤਰੀਕ ਆ ਜੀ ਜਦੋਂ ਆਪਾਂ ਇਹਨਾਂ ਖ਼ਬਰਾਂ ਦੀ ਸਾਂਝ ਪਾ ਰਹੇ ਹਾਂ, ਤੇ ਪਤਾ ਲੱਗਾ ਜੀ ਕਿ 30 ਤਰੀਕ ਨੂੰ ਯਾਨੀ ਕਿ ਪਰਸੋਂ ਜਿਹਨੇ ਜਿਹਨੇ ਆਪਣੇ ਕਾਗਜ਼ ਵਾਪਸ ਲੈਣੇ ਆ ਉਹ ਕਾਗਜ਼ ਵਾਪਸ ਲੈ ਲਊਗਾ, ਤੇ ਪਰਸੋਂ ਨੂੰ ਆਪਾਂ ਨੂੰ ਇਸ ਵੇਲੇ ਤੱਕ ਖ਼ਬਰਾਂ ਸਾਂਝੀਆਂ ਕਰਨ ਵੇਲੇ ਜਾਣਕਾਰੀ ਮਿਲ ਜੂਗੀ ਵੀ ਕੁੱਲ ਕਿੰਨੇ ਉਮੀਦਵਾਰ ਮੈਦਾਨ ਦੇ ਵਿੱਚ ਰਹਿ ਗਏ ਆ। ਫਿਲਹਾਲ 60 ਆ, ਅੱਜ 20 ਤਰੀਕ ਤੱਕ 60 ਆ, ਪਰਸੋਂ ਤੱਕ ਪਤਾ ਲੱਗ ਜੂ ਵੀ ਕਿਹਨੇ ਕਿਹਨੇ ਕਾਗਜ਼ ਵਾਪਸ ਲੈ ਲਏ ਤੇ ਕਿਹਦੇ ਕਿਹਦੇ ਰੱਦ ਹੋ ਗਏ ਆ, ਕਿਉਂਕਿ ਕਈ ਬੰਦੇ ਖੜਦੇ ਹੀ ਬਹਿਣ ਵਾਸਤੇ ਹੁੰਦੇ, ਕਈ ਕਾਰਨਾਂ ਕਰਕੇ ਬਹਿ ਵੀ ਜਾਂਦੇ ਹੁੰਦੇ ਆ। ਗਿੱਦੜਬਾਹਾ ਦੇ ਵਿੱਚ ਬਾਈ ਜੀ ਸਭ ਤੋਂ ਵੱਧ ਉਮੀਦਵਾਰ ਆ, ਵੱਧ ਉਮੀਦਵਾਰ ਜਿਹੜੇ ਆ ਉਹ ਇਸ ਵੇਲੇ ਗਿੱਦੜਬਾਹਾ ਦੇ ਵਿੱਚ ਆ, ਤੇ ਜਗਮੀਤ ਸਿੰਘ ਬਰਾੜ ਅਰਦਾਸ ਤੌਰ ਦੇ ਉੱਤੇ ਚੋਣ ਲੜ ਰਹੇ ਆ। ਉਹ ਤੇ ਜਿਹੜਾ ਕ੍ਰਿਸ਼ਨ ਭਗਵਾਨ ਦੇ ਮੈਂਬਰ ਦੁਆਰਾ ਗੋਲੀ ਕਾਂਡ ਦੇ ਵਿੱਚ ਜਿਹੜੇ ਸ਼ਹੀਦ ਹੋ ਗਏ ਸੀ, ਮੌਤ ਹੋ ਗਈ ਸੀ ਇਹਨਾਂ ਦੀ, ਕਿਉਂਕਿ ਉਦੋਂ 2 ਜਣਿਆਂ ਦੀ ਮੌਤ ਹੋਈ ਸੀ, ਉਹਨਾਂ ਵਿੱਚ ਇੱਕ ਕ੍ਰਿਸ਼ਨ ਭਗਵਾਨ ਸਿੰਘ ਸੀ ਤੇ ਉਹਨਾਂ ਦਾ ਪੁੱਤ ਆ ਜਿਹੜਾ ਸੁਖਰਾਜ ਸਿੰਘ ਨਿਆਮੀ ਵਾਲਾ, ਉਹਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਗਿੱਦੜਬਾਹਾ ਤੋਂ ਟਿਕਟ ਦਿੱਤੀ ਹੋਈ ਆ। ਮੁਕਾਬਲਾ ਬਰਨਾਲੇ ਤੇ ਗਿੱਦੜਬਾਹੇ ਦੇ ਵਿੱਚ ਬਾਕੀ ਥਾਵਾਂ ਨਾਲੋਂ ਤਿੱਖਾ ਹੈਗਾ, ਪਰ ਗਿੱਦੜਬਾਹੇ ਦੇ ਵੱਲ ਸਭ ਦੀ ਨਿਗਾਹ ਟਿਕੀ ਹੋਈ ਹੈ ਜੀ। ਪਰ ਟਹਿਣਾ ਜੀ, ਮੁਹੰਮਦ ਸਦੀਕ ਨੇ ਇੱਕ ਵਾਰੀ ਦੱਸਿਆ ਸੀ ਕਿ MLA ਦੀ ਤਨਖਾਹ ਤਾਂ ਬਹੁਤੀ ਹੈ ਨਹੀਂ, ਫਿਰ ਇਹ ਸਾਰੀ ਚੌਧਰ ਕਰਕੇ ਇੰਨਾ ਇੰਟਰਸਟ ਆ ਜਾਂ ਕੋਈ ਹੋਰ ਕਾਰਨ ਹੈ? ਨਹੀਂ ਜੀ, ਬਿਲਕੁਲ ਚੌਧਰ ਕਰਕੇ ਜੀ, ਹੋਰ ਤਾਂ ਕੋਈ ਮਸਲਾ ਹੀ ਨਹੀਂ ਨਾ ਸਿੰਘ ਸਾਹਿਬ। ਦੇਖੋ ਵੈਸੇ ਤਾਂ ਜੇਕਰ ਸਿਧਾਂਤਕ ਤੌਰ ਤੇ ਦੇਖੀਏ, ਮੰਨ ਲਓ ਪਹਿਲਾਂ ਤਾਂ ਮੈਂ ਲੋਕਾਂ ਦੇ ਕੋਲੇ ਜਾ ਕੇ ਵੋਟਾਂ ਮੰਗਾਂ ਜੀ ਕਿ ਕਿਰਪਾ ਕਰਕੇ ਮੈਨੂੰ ਵੋਟਾਂ ਪਾਓ, ਤੇ ਮੈਂ ਵਿਧਾਨ ਸਭਾ ਦੇ ਵਿੱਚ ਜਾ ਕੇ ਤੇ ਹਲਕੇ ਦੇ ਮਸਲੇ ਰੱਖੂੰਗਾ। ਜਦੋਂ ਮੈਨੂੰ ਲੋਕ MLA ਬਣਾ ਦੇਣ, ਫਿਰ ਮੈਂ ਕੁਝ ਕੁ ਹਫ਼ਤਿਆਂ ਬਾਅਦ ਜਾਂ ਕੁਝ ਕੁ ਮਹੀਨਿਆਂ ਜਾਂ 1-2 ਸਾਲਾਂ ਬਾਅਦ ਇਹ ਗੱਲ ਕਵਾਂ ਕਿ ਵਿਧਾਨ ਸਭਾ ਤੋਂ ਮੈਂ ਅਸਤੀਫਾ ਦਿੱਤਾ ਜੀ, ਮੈਂ ਤਾਂ ਲੋਕ ਸਭਾ 'ਚ ਜਾ ਕੇ ਤੁਹਾਡੇ ਮਸਲੇ ਰੱਖੂੰਗਾ, ਮੈਨੂੰ ਹੁਣ ਦੁਬਾਰਾ ਵੋਟਾਂ ਪਾਓ। ਤੇ ਤੁਸੀਂ ਆਪਦੀ ਇੱਛਾ ਦੇ ਨਾਲ ਸੀਟ ਛੱਡੀ ਆ ਨਾ, ਤੁਹਾਨੂੰ ਕਿਹੜਾ ਕੋਈ ਬਹੁਤ ਕੋਈ ਤੁਹਾਡੀ ਤਲਵਾਰ ਦੀ ਧਾਰ 'ਤੇ ਤੁਰਦੇ ਸੀਗੇ, ਤੁਸੀਂ ਅਗਲੀ ਸੀਟ ਨੂੰ ਹੱਥ ਪਾਉਣ ਦੇ ਲਈ ਉੱਪਰ ਜਾਣ ਦੇ ਲਈ ਤੁਸੀਂ ਇਹ ਸੀਟ ਛੱਡਤੀ, ਤੇ ਪੰਜਾਬ ਦੇ ਲੋਕਾਂ 'ਤੇ ਬੋਝ ਪਾਤਾ। ਸਿਧਾਂਤਕ ਤੌਰ ਦੇ ਉੱਤੇ ਤਾਂ ਜਿਹੜਾ ਬੰਦਾ ਸੀਟ ਛੱਡਦਾ ਉਹਦੇ ਕੋਲੋਂ ਸਾਰਾ ਖਰਚਾ ਵਸੂਲ ਕਰਨਾ ਚਾਹੀਦਾ। ਹੁਣ ਉਸ ਤੋਂ ਅਗਲੀ ਗੱਲ, ਜਦੋਂ ਤੁਸੀਂ MP ਬਣ ਗਏ ਤੇ ਫਿਰ ਆਪਦੇ ਟੱਬਰ ਨੂੰ ਟਿਕਟ ਦਵਾ ਕੇ ਕਹਿੰਦੇ ਜੀ ਇਸ ਸੀਟ ਦੇ ਉੱਤੇ ਮੇਰੀ ਥਾਂ 'ਤੇ, ਹੁਣ ਇਹਨੂੰ ਜਿਤਾ ਦਿਓ, ਹੁਣ ਇਹ ਮਸਲੇ ਤੁਹਾਡੇ ਹੱਲ ਕਰੂ। ਸੋ ਲੋਕਾਂ ਨੂੰ ਮੂਰਖ ਬਣਾਉਣ ਵਾਲੀਆਂ ਗੱਲਾਂ ਆਈਆਂ ਜੀ, ਹੋਰ ਕੁਝ ਨਹੀਂ ਗਾ ਜੀ। ਪਰ ਮੇਰਾ ਖਿਆਲ ਹੈ ਕੁਛ ਪਰਸੈਂਟੇਜ ਹੋਣੀ ਆ ਜਿਹੜੀ ਸੱਚੀ ਲੋਕ ਭਲਾਈ ਕਰਨਾ ਚਾਹੁੰਦੇ ਹੋਣੇ ਆ ਜਾਂ ਪਬਲਿਕ ਲਈ ਕੰਮ ਕਰਨਾ, ਇਲਾਕੇ ਦੇ ਕੰਮ ਕਰਵਾਉਣਾ ਚਾਹੁੰਦੇ ਹੋਣੇ ਆ ਕਿ ਨਹੀਂ? ਦੇਖੋ ਗੱਲ ਇਹ ਜੀ ਕਿ ਜਿਨ੍ਹਾਂ ਨੇ ਕੰਮ ਕਰਨਾ ਨਾ ਸਿੰਘ ਸਾਹਿਬ, ਉਹ ਤਾਂ ਬਿਨਾਂ ਚੇਅਰਮੈਨ ਬਣੇ ਤੋਂ ਤੇ ਬਿਨਾਂ MLA ਬਣੇ ਤੋਂ ਤੇ ਬਿਨਾਂ ਜ਼ਿਲ੍ਹਾ ਇੰਚਾਰਜ ਬਣੇ ਤੋਂ ਵੀ ਕਰੀ ਜਾਂਦੇ ਆ। ਪੰਜਾਬ ਦੇ ਵਿੱਚ ਇੱਥੇ ਮਨੁੱਖਤਾ ਦੀ ਸੇਵਾ ਵਾਲਾ ਗੁਰਪ੍ਰੀਤ ਮਿੰਟੂ ਜਾਂ ਹੋਰ ਕਈ ਸਮਾਜ ਸੇਵੀ ਸੰਸਥਾਵਾਂ, ਉਹ ਕਿਹੜਾ ਇੱਥੇ ਕੋਈ MLA ਬਣ ਕੇ ਕੰਮ ਕਰਦੇ ਆ? ਮਤਲਬ ਤੁਹਾਡੇ ਅੰਦਰ ਜਜ਼ਬਾ ਹੋਣਾ ਚਾਹੀਦਾ। ਹੋ ਸਕਦਾ ਵੀ ਹੋਰ ਵੀ ਬਹੁਤ ਸਾਰੇ ਭੈਣਾਂ ਵੀਰ ਚੰਗੇ ਕੰਮ ਕਰਦੇ ਹੋਣ,
ਪਰ ਗੱਲ ਇਹ ਵੀ ਕਿ ਜਦੋਂ ਤੁਹਾਨੂੰ ਇੱਕ ਥਾਂ ਤੋਂ ਚੁਣਿਆ ਤੁਸੀਂ ਆਪਦੇ 5 ਵਰੇ ਪੂਰੇ ਕਰਕੇ ਅਗਲੀ ਟਰਮ ਵੇਲੇ ਤੁਸੀਂ ਕਿਤੇ ਹੋਰ ਲੜਾਈ ਲੜ ਲਓ, ਪਰ ਇਹ ਦੁੱਖ ਆ ਜੀ ਦੇਸ਼ ਦੇ ਵਿੱਚ ਸਿਆਸਤ ਦੇ ਵਿੱਚ ਚੱਲੀ ਇਹ ਕੁਝ ਜਾਂਦਾ ਜੀ। ਜਿਹੜਾ ਜੀ ਇੱਕ ਬਹੁਤ ਸੋਗੀ ਖਬਰ ਜਿਹੜੀ ਆਈ ਆ ਉਹ ਦਿਲ ਬਲੂੰਦਰਨ ਵਾਲੀ ਆ। ਇੱਕ ਮਾਂ ਦੇ 3 ਪੁੱਤਰ ਮਰ ਗਏ ਤੇ ਉਹ ਮਾਂ ਦਾ ਕੀ ਹਾਲ ਆ ਹੁਣ? ਦੇਖੋ ਜੀ, 3 ਪੁੱਤਰ ਆ ਜਿਹੜੇ ਉਹਨਾਂ ਨੇ ਦਮ ਵੀ ਉਦੋਂ ਤੋੜਿਆ ਜਦੋਂ ਉਹ ਮਾਂ ਦੀ ਕੁੱਖ ਦੇ ਵਿੱਚੋਂ ਬਾਹਰ ਆਈ ਸੀਗੀ। ਇਹ ਜੀ ਕੁੜੀ ਹੈਗੀ ਜੀ 24 ਸਾਲ ਦੀ, 24-25 ਸਾਲ ਦੀ ਮਨਦੀਪ ਕੌਰ ਨਾਂ ਦੀ ਕੁੜੀ ਆ, ਤੇ ਲਹਿਰਾ ਦਾਦਾ ਦੇ ਕੋਲੇ ਸਿੰਘ ਸਾਹਿਬ ਪਿੰਡ ਆ ਜੀ ਕੋਟੜਾ ਲਹਿਲ, ਇੱਥੋਂ ਦੀ ਮਨਦੀਪ ਕੌਰ ਆ। ਇਸ ਕੁੜੀ ਨੇ 3 ਪੁੱਤਰਾਂ ਨੂੰ ਜਨਮ ਦਿੱਤਾ ਹਸਪਤਾਲ ਦੇ ਵਿੱਚ। ਦੋਵਾਂ ਦੀ ਮੌਤ ਤਾਂ ਪੇਟ ਦੇ ਵਿੱਚੋਂ ਬਾਹਰ ਆਉਣ ਵੇਲੇ ਹੋਈ ਸੀ, ਇੱਕ ਦੀ ਕੁਝ ਕੁ ਮਿੰਟਾਂ ਬਾਅਦ ਮੌਤ ਹੋ ਗਈ। ਤਿੰਨਾਂ ਦੀ ਮੌਤ ਹੋ ਗਈ, ਤਿੰਨੇ ਮੁੰਡੇ ਸੀ, ਤਿੰਨੇ ਪੁੱਤ ਸੀਗੇ, ਤੇ ਮਾਂ ਇਸ ਸਦਮੇ ਨੂੰ ਨਾ ਸਹਾਰਦਿਆਂ ਕੁਝ ਘੰਟਿਆਂ ਬਾਅਦ ਆਪ ਮੁੱਕ ਗਈ ਆ। ਮਨਦੀਪ ਕੌਰ ਵੀ ਮੁੱਕ ਗਈ ਆ। ਸੋ 4 ਮੌਤਾਂ ਹੋਈਆਂ, 3 ਪੁੱਤ ਤੇ ਮਾਂ, ਤੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਜੀ। ਬਾਕੀ ਕਾਊਂਟਰ ਇੰਟੈਲੀਜੈਂਸ ਟੀਮ ਹੈ ਜਿਹੜੀ, ਉਹਦੀਆਂ ਕੁਝ ਖਬਰਾਂ ਆ ਰਹੀਆਂ ਨੇ, ਕੀ ਬਰਾਮਦ ਕੀਤਾ ਉਹਨਾਂ ਨੇ? ਦੇਖੋ ਜੀ, ਉਹਨਾਂ ਨੇ ਬੜੀ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਬਰਾਮਦ ਕੀਤੀ ਆ। ਹੈਰੋਇਨ ਬਰਾਮਦ ਕੀਤੀ ਜਿਹੜੀ, ਉਹ ਕਹਿੰਦੇ ਵੀ ਮਾਝਾ ਖੇਤਰ ਦੇ ਇੱਥੇ ਕਾਂਗਰਸ ਦਾ ਬਲਾਕ ਇੰਚਾਰਜ ਆ, ਉਹਦੇ ਕੋਲੋਂ ਕਹਿੰਦੇ ਜੀ ਕਾਂਗਰਸ ਦੇ ਜਿਹੜੇ ਉਹ ਆਮ ਆਦਮੀ ਪਾਰਟੀ ਨੇ ਗੱਲ ਕਹੀ ਆ ਵੀ 105 ਕਿਲੋਗ੍ਰਾਮ ਹੈਰੋਇਨ ਜਿਹੜੀ ਬਰਾਮਦ ਕੀਤੀ ਆ ਪੁਲਿਸ ਨੇ, ਤੇ ਉਹਦੇ ਵਿੱਚ ਕਹਿੰਦੇ ਵੀ ਉਹਨੂੰ ਵੀ ਗ੍ਰਿਫਤਾਰ ਕੀਤਾ ਹੈਗਾ। ਸੋ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਨੇ ਮੰਤਰੀ ਤਰਨਪ੍ਰੀਤ ਸਿੰਘ ਸੌਂਡ ਤੇ ਕਈ ਹੋਰ ਨੇਤਾ, ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਹ ਇਸ ਵੇਲੇ ਕਿਰਦਾਰ ਆ, ਇਹ ਕਿਰਦਾਰ ਨੇ ਇਸ ਵੇਲੇ ਕਾਂਗਰਸ ਦੇ ਤੇ ਵੱਡੀਆਂ ਪਾਰਟੀਆਂ ਜਿਹੜੀਆਂ ਉਹ ਮਿਲ ਮਿਲਾ ਕੇ ਨਸ਼ਾ ਨੂੰ ਕਿਵੇਂ ਵੇਚਦੀਆਂ ਰਹੀਆਂ, ਨਸ਼ਾ ਦੀ ਤਸਕਰੀ ਕਿਵੇਂ ਕਰਦੀਆਂ ਰਹੀਆਂ। ਜੀ ਪਿਛਲੇ ਕਿੰਨੇ ਹੀ ਵਰ੍ਹਿਆਂ ਤੋਂ ਲਗਾਤਾਰ ਪੰਜਾਬ ਦਾ ਮੁੱਖ ਮੰਤਰੀ ਮਾਲਵੇ ਇਲਾਕੇ ਚੋਂ ਬਣਦਾ ਰਿਹਾ, ਹੁਣ ਐਤਕੀ ਫਾਈਨੈਂਸ ਮਿਨਿਸਟਰ ਵੀ ਮਾਲਵੇ ਦਾ, ਪਾਰਟੀ ਪ੍ਰੈਜ਼ੀਡੈਂਟ ਵੀ ਆਪ ਹੀ ਨੇ, ਉਹ ਵੀ ਮਲਵਈ ਨੇ। ਸੋ ਹੋਰ ਵੀ ਕਿੰਨੇ ਉੱਚੇ ਅਹੁਦੇ ਨੇ, ਦੁਆਬੇ ਤੇ ਮਾਝੇ ਦੇ ਲੋਕ ਇਤਰਾਜ਼ ਨਹੀਂ ਕਰਦੇ? ਦੇਖੋ ਗੱਲ ਜਦੋਂ ਨਾ ਮਾਲਵਾ ਹੈਗਾ ਜੀ ਪੰਜਾਬ ਦਾ ਸਭ ਤੋਂ ਵੱਡਾ ਖੇਤਰ, ਤੇ ਮਾਲਵੇ ਦੇ ਵਿੱਚੋਂ ਪਹਿਲ ਦੇ ਆਧਾਰ ਦੇ ਉੱਤੇ ਲੋਕਾਂ ਨੂੰ ਚੁਣ ਲਿਆ ਜਾਂਦਾ ਮੁੱਖ ਮੰਤਰੀ। ਜਿਹੜੇ ਬਾਦਲ ਸਾਹਿਬ ਦੀ ਗੱਲ ਕਰ ਲਓ, ਹਰਚਰਨ ਬਰਾੜ ਦੀ ਗੱਲ ਕਰ ਲਓ, ਬੀਬੀ ਭੱਠਲ ਦੀ ਗੱਲ ਕਰ ਲਓ, ਤੁਸੀਂ ਇੱਥੇ ਗੱਲ ਹੋਰਨਾਂ ਦੀ ਕਰ ਲਓ, ਇੱਥੇ ਪੰਜਾਬ ਦੇ ਵਰਤਮਾਨ ਮੁੱਖ ਮੰਤਰੀ ਦੀ ਗੱਲ ਕਰ ਲਓ, ਗੁਰਨਾਮ ਸਿੰਘ ਆਪਣੇ ਚੂਪ ਚਾਪ ਵਾਲੇ ਗਿੱਲ ਸਾਹਿਬ, ਬਿਲਕੁਲ ਸਹੀ ਗੱਲ ਹੈ ਜੀ। ਉਹ ਹੁਣ ਤੱਕ ਮਾਲਵੇ ਤੋਂ ਰਹੇ ਕਿਉਂਕਿ ਮਾਲਵਾ ਵੱਡਾ ਖੇਤਰ ਆ। ਮਾਲਵਾ ਜਿਹੜਾ ਉਹ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਸੀਟਾਂ ਦੇ ਪੱਖ ਤੋਂ ਸਭ ਤੋਂ ਮਹੱਤਵਪੂਰਨ ਆ। ਸੋ ਮਾਝੇ ਤੇ ਦੁਆਬੇ ਨੂੰ ਮੰਤਰੀਆਂ ਦੇ ਮਾਮਲੇ ਦੇ ਵਿੱਚ ਐਡਜਸਟ ਕੀਤਾ ਜਾਂਦਾ ਵੱਧ ਤੋਂ ਵੱਧ, ਪਰ ਮੁੱਖ ਮੰਤਰੀ ਉੱਧਰਲੇ ਪਾਸੇ ਚੁਣਿਆ ਜਾਂਦਾ। ਜੇਕਰ ਮੰਨ ਲਓ, ਮੈਂ ਨਹੀਂ ਗੱਲ ਕਹਿੰਦਾ ਵੀ ਭਾਈ ਐਂ ਹੋ ਜਾਣਾ ਆ ਹੋ ਜਾਣਾ, ਜੇ ਮੰਨ ਲਓ ਭਵਿੱਖ ਦੇ ਵਿੱਚ ਭਗਵੰਤ ਮਾਨ ਸਾਹਿਬ ਦੀ ਥਾਂ ਤੇ ਕੋਈ ਹੋਰ ਮੁੱਖ ਮੰਤਰੀ ਹੋਇਆ, ਹੋਊਗਾ ਉਹ ਵੀ ਮਾਲਵੇ ਦੇ ਵਿੱਚੋਂ ਹੀ। ਅੱਛਾ, ਪਰਾਲੀ ਨੂੰ ਅੱਗ ਲਾਉਣ ਵਾਲੀਆਂ ਘਟਨਾਵਾਂ ਐਤਕੀ ਘੱਟ ਹੋਈਆਂ ਨੇ, ਦਿੱਲੀ ਤੱਕ ਤਾਂ ਨਹੀਂ ਪਹੁੰਚਿਆ ਧੂੰਆਂ? ਅੱਗੇ ਕੇਜਰੀਵਾਲ ਕਹਿੰਦੇ ਸੀ ਵੀ ਪੰਜਾਬ ਦਾ ਧੂੰਆਂ ਸਿੱਧਾ ਦਿੱਲੀ ਆ ਜਾਂਦਾ। ਨਹੀਂ ਨਹੀਂ ਇਹ ਗੱਲ ਸੱਚੀ ਹੈ ਜੀ ਕਿ ਪੰਜਾਬ ਦੇ ਧੂੰਏ ਦੇ ਬਾਰੇ ਉਹਨਾਂ ਨੇ ਟਿੱਪਣੀਆਂ ਹੁਣ ਕਰਤੀਆਂ। ਦਿੱਲੀ ਦੇ ਵਿੱਚ ਇਸ ਵੇਲੇ ਚਰਚਾ ਚੱਲ ਰਹੀ ਆ ਤੇ ਵੀ ਭਾਈ ਦਿੱਲੀ ਦੇ ਲੋਕਾਂ ਦਾ ਜਿਹੜਾ ਉਹ ਦਮ ਘੁੱਟਿਆ ਜਾ ਰਿਹਾ, ਤੇ ਕੋਈ ਉਹ ਜਿਹੜੀ ਡਰਾਮੇਬਾਜ਼ੀ ਜੀ ਚੱਲਦੀ ਹੁੰਦੀ ਆ, ਕੋਈ ਕਹਿੰਦਾ ਜੀ ਪਾਕਿਸਤਾਨ ਦੇ ਵੱਲੋਂ ਧੂੰਆਂ ਆ ਰਿਹਾ, ਕੋਈ ਕਹਿੰਦਾ ਪੰਜਾਬੋਂ ਆ ਰਿਹਾ, ਕਿਉਂਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਵਿੱਚ ਵੀ ਹੈ ਤੇ ਪੰਜਾਬ ਦੇ ਵਿੱਚ ਵੀ, ਇਸ ਕਰਕੇ ਧੂੰਏ ਦਾ ਵਟਾਂਦਰਾ ਅੱਜ ਕੱਲ੍ਹ ਹੋ ਨਹੀਂ ਰਿਹਾ। ਪਰ ਕੇਜਰੀਵਾਲ ਉਹਨਾਂ ਕੋਲ ਕੀ ਇਕਿਉਪਮੈਂਟ ਆ, ਉਹਨੂੰ ਪਤਾ ਲੱਗ ਜਾਂਦਾ ਵੀ ਇਹ ਪੰਜਾਬ ਦਾ ਧੂੰਆਂ ਹਰਿਆਣੇ ਦਾ ਨਹੀਂ, ਹਰਿਆਣੇ ਨੂੰ ਪਾਰ ਕਰਕੇ ਹੀ ਜਾਂਦਾ ਧੂੰਆਂ, ਉਹ ਹਰਿਆਣੇ ਦੇ ਲੋਕ ਵੀ ਪਰਾਲੀ ਫੂਕਦੇ ਹੀ ਆ। ਬਿਲਕੁਲ ਤੁਹਾਡੀ ਗੱਲ ਸਿੰਘ ਸਾਹਿਬ ਸਹੀ ਆ, ਇਹ ਰਾਜਨੀਤੀ ਆ, ਹੋਰ ਕੁਝ ਵੀ ਨਹੀਂ। ਧੂੰਏ ਦੇ ਉੱਤੇ ਕਿਸੇ ਪਾਰਟੀ ਦਾ ਨਾਂ ਨਹੀਂ ਲਿਖਿਆ, ਧੂੰਏ ਤੇ ਕੋਈ ਚੋਣ ਨਿਸ਼ਾਨ ਨਹੀਂ ਚਿੰਬੜਿਆ, ਧੂੰਏ ਤੇ ਕਿਸੇ ਮੁੱਖ ਮੰਤਰੀ, ਕਿਸੇ ਕਿਸਾਨ, ਕਿਸੇ ਖੇਤ ਮਜ਼ਦੂਰ ਦਾ ਨਾਂ ਨਹੀਂ ਲਿਖਿਆ। ਪਰ ਇਹ ਗੱਲਾਂ ਵੀ ਭਾਈ ਉਧਰੋਂ ਧੂੰਆਂ ਆ ਗਿਆ, ਧੂੰਆਂ ਤਾਂ ਹੈ, ਇਹ ਗੱਲ ਸੱਚੀ ਆ। ਭਾਵੇਂ ਮੈਂ ਪੈਦਾ ਕਰਾਂ ਧੂੰਆਂ, ਭਾਵੇਂ ਕੋਈ ਕਿਸਾਨ ਕਰੇ, ਭਾਵੇਂ ਫੈਕਟਰੀ ਵਾਲਾ ਕਰੇ, ਭਾਵੇਂ ਭੱਠਿਆ ਵਾਲਾ ਕਰੇ, ਧੂੰਆਂ ਤਾਂ ਧੂੰਆਂ, ਪ੍ਰਦੂਸ਼ਣ ਤਾਂ ਪ੍ਰਦੂਸ਼ਣ ਆ। ਪਰ ਨਾ ਪੰਜਾਬ ਦੇ ਵਿੱਚ ਸਿੰਘ ਸਾਹਿਬ ਹਿੰਦੂ ਸਿੱਖ ਧੂੰਆਂ ਬਣ ਜਾਂਦਾ। ਤੁਸੀਂ ਅੱਜ ਇਹ ਗੱਲ ਕਹੋ ਵੀ ਕਿਸਾਨ ਆ ਜਿਹੜੇ ਉਹ ਪਰਾਲੀ ਨੂੰ ਅੱਗ ਲਾ ਲਾ ਕੇ ਤੇ ਵਾਤਾਵਰਨ ਬਰਬਾਦ ਕਰਦੇ ਆ, ਤਾਂ ਤੁਹਾਨੂੰ 20 ਜਣਿਆਂ ਨੇ ਗੱਲ ਕਹਿ ਜਿਹੜੀ ਤੁਹਾਨੂੰ ਰਾਵਣ ਨਹੀਂ ਦੱਸਦਾ, ਤੁਹਾਨੂੰ ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਨਹੀਂ ਦੱਸਦੇ, ਤੁਹਾਨੂੰ ਦੀਵਾਲੀ ਦੇ ਮੌਕੇ ਚੱਲਦੇ ਪਟਾਕੇ ਨਹੀਂ ਦੱਸਦੇ। ਜੇ ਤੁਸੀਂ ਉਹਨਾਂ ਨੂੰ ਗੱਲ ਕਹਿੰਦੇ ਵੀ ਭਾਈ ਤੁਸੀਂ ਰਾਵਣ ਨਾ ਫੂਕੋ, ਇਹਦਾ ਪ੍ਰਦੂਸ਼ਣ ਹੁੰਦਾ, ਉਹ ਕਹਿੰਦੇ ਤੁਸੀਂ ਗੁਰਪੁਰਬ ਦੇ ਮੌਕੇ ਪਟਾਕੇ ਕਿਉਂ ਚਲਾਉਂਦੇ ਆ, ਧੂੰਆਂ ਵੀ ਇੱਥੇ ਹਿੰਦੂ ਸਿੱਖ ਬਣ ਜਾਂਦਾ ਜੀ। ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ? ਪੰਜਾਬ ਦਾ ਮੌਸਮ ਠੀਕ ਰਿਹਾ ਸਿੰਘ ਸਾਹਿਬ, ਅੱਜ ਦਿਨ ਦੇ ਵੇਲੇ ਲਗਭਗ 36 ਡਿਗਰੀ ਟੈਂਪਰੇਚਰ ਸੀ, ਰਾਤਾਂ ਕਾਫੀ ਠੰਡੀਆਂ ਹੋਈ ਜਾਂਦੀਆਂ, ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਗਿਣੀ ਦੀ ਸੰਭਾਵਨਾ ਕੋਈ ਨਹੀਂ ਜੀ। ਟਿਣਾ ਜੀ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ, ਮਿਹਰਬਾਨੀ ਜੀ ਬਹੁਤ।
ਰੈਡ ਐਫ ਐਮ।